ਫਾਜ਼ਿਲਕਾ ਦੇ ਪਿੰਡ ਹੀਰਾਵਾਲੀ ਦੇ ਵਿੱਚ ਸ਼ਰਾਬ ਫੈਕਟਰੀ ਨੂੰ ਲੈ ਕੇ ਚੱਲ ਰਹੇ ਧਰਨੇ ਨੂੰ ਆਂਧੀ ਤੂਫਾਨ ਨੇ ਪਹੁੰਚਾਇਆ ਨੁਕਸਾਨ, ਦੋ ਮਾਮੂਲੀ ਘਾਇਲ। ਫਾਜ਼ਿਲਕਾ ਦੇ ਪਿੰਡ ਹੀਰਾਵਾਲੀ ਦੇ ਵਿੱਚ ਸ਼ਰਾਬ ਫੈਕਟਰੀ ਨੂੰ ਲੈ ਕੇ ਚੱਲ ਰਹੇ ਧਰਨੇ ਨੂੰ ਆਂਧੀ ਤੂਫਾਨ ਨੇ ਨੁਕਸਾਨ ਪਹੁੰਚਾਇਆ। ਜਿੱਥੇ ਧਰਨਾਕਾਰੀਆਂ ਦੇ ਟੈਂਟ ਦੀਆਂ ਪਾਈਪਾਂ ਉੱਖੜ ਗਈਆਂ, ਉੱਥੇ ਹੀ ਚਾਨਣੀਆਂ ਵੀ ਫਟ ਗਈਆਂ। ਇਸ ਗੱਲ ਦੀ ਜਾਣਕਾਰੀ ਪਿੰਡ ਦੇ ਸਰਪੰਚ ਅਨਿਲ ਕੁਮਾਰ ਵੱਲੋਂ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਰਾਤ 3 ਵਜੇ ਦੇ ਕਰੀਬ ਚੱਕੜ ਆਇਆ, ਜਿਸ ਤੋਂ ਬਾਅਦ ਟੈਂਟ ਪੂਰੀ ਤਰ੍ਹਾਂ ਨਾਲ ਉੱਖੜ ਗਿਆ ਅਤੇ ਚਾਨਣੀਆਂ ਵੀ ਪਾਟ ਗਈਆਂ। ਉਹਨਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਉਹਨਾਂ ਦੇ ਸੋਨ ਵਾਲੇ ਗੱਦੇ ਵੀ ਉੱਡ ਗਏ। ਉਹਨਾਂ ਨੇ ਦੱਸਿਆ ਇਸ ਚੱਕੜ ਤੋਂ ਬਾਅਦ ਦੋ ਲੋਕ ਮਾਮੂਲੀ ਰੂਪ ਦੇ ਵਿੱਚ ਕਾਇਲ ਵੀ ਹੋ ਗਏ ਹਨ। ਉਹਨਾਂ ਨੇ ਕਿਹਾ ਕਿ ਇਸ ਚੱਕੜ ਵੱਲੋਂ ਕਾਫੀ ਨੁਕਸਾਨ ਪਹੁੰਚਾਇਆ ਗਿਆ ਅਤੇ ਉਹਨਾਂ ਦਾ ਲਗਭਗ 50,000 ਰੁਪਏ ਦਾ ਨੁਕਸਾਨ ਹੋ ਗਿਆ ਹੈ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਅਨਿਲ ਕੁਮਾਰ ਹੈ ਜੀ। ਹਾਂਜੀ ਅਨਿਲ ਕੁਮਾਰ ਜੀ, ਕੀ ਕਹਿਣਾ ਚਾਹੁੰਦੇ ਹੋ? ਰਾਤ ਜਿਹੜੀ ਆਉਂਦੀ ਆਈ ਹੈ, ਕੀ ਨੁਕਸਾਨ ਹੋਇਆ ਅਤੇ ਕਿੰਨੇ ਦਾ ਹੋਇਆ? ਕਾਫੀ ਨੁਕਸਾਨ ਹੋ ਗਿਆ ਜੀ। ਇੱਕ ਤਾਂ ਸਭ ਤੋਂ ਵੱਡਾ ਜਿਹੜਾ ਸਾਡਾ ਨੁਕਸਾਨ ਹੋਇਆ, ਸਾਊਂਡ ਸਿਸਟਮ ਜਿਹੜਾ ਲੱਗਿਆ ਹੋਇਆ ਸੀ ਬਿਲਕੁਲ ਪਾਣੀ ਨਾਲ ਭਿੱਜ ਕੇ ਖਰਾਬ ਹੋ ਚੁੱਕਿਆ ਜੀ। ਮਕੈਨੀਕਲ ਕੋਲ ਗਏ ਸੀ ਅਸੀਂ, ਉਹਨਾਂ ਨੇ ਕਿਹਾ ਜੀ ਵੀ ਇਹ ਸਾਰਾ ਸਿਸਟਮ ਹੁਣ ਕਿਸੇ ਕੰਮ ਦਾ ਨਹੀਂ ਹੈ ਜੀ, ਇਹ ਤਾਂ ਆਪਾਂ ਨੂੰ ਨਵਾਂ ਹੀ ਲੈਣਾ ਪਵੇਗਾ। ਦੂਜਾ ਜਿਹੜਾ ਸਾਡਾ ਸਿਸਟਮ ਹੈ, ਟੈਂਟ ਲੱਗਿਆ ਹੋਇਆ ਸੀ ਜੀ, ਉਹਦੇ ਵਿੱਚੋਂ ਘੱਟੋ ਘੱਟ 10 ਚਾਨਣੀਆਂ, ਆਹ ਮੈਂ ਤੁਹਾਨੂੰ ਦਿਖਾ ਰਿਹਾ, ਆਹ ਵੇਖੋ ਜੀ, ਇਹ ਚਾਨਣੀਆਂ ਪਾਟ ਕੇ ਪੂਰਾ ਲੀਰੋ ਲੀਰ ਹੋ ਗਈ ਹੈ ਜੀ। ਆਹ ਵੇਖੋ ਜੀ, ਇਸ ਤਰ੍ਹਾਂ ਉਹ ਪਰਦੇ ਪਏ ਹੈ, ਚਾਨਣੀਆਂ ਪਈ ਹੈ ਅਤੇ 3-4 ਚਾਨਣੀਆਂ ਉੱਧਰ ਪਈ ਹੈ, 10 ਚਾਨਣੀਆਂ ਸਾਡੀ ਪੂਰੀ ਤਹਿਸ ਨਹਿਸ ਹੋ ਗਈ ਹੈ ਜੀ। 5-6 ਪਾਈਪਾਂ ਜਿਹੜੀ ਉਹ ਟੁੱਟ ਗਈ ਜੀ। 1-2 ਬੰਦਿਆਂ ਨੂੰ ਮਾਮੂਲੀ ਸੱਟਾਂ ਵੀ ਸਾਡੇ ਲੱਗੀਆਂ ਹੈ ਅਤੇ ਬਾਕੀ ਜਿਹੜਾ ਲਾਈਟ ਦਾ ਸਾਡਾ ਪ੍ਰਬੰਧ ਸੀ, ਲਾਈਟ ਦਾ ਜਿਹੜਾ ਪ੍ਰਬੰਧ ਸੀ ਉਹ ਵੀ, ਜਿਹੜੀ LED ਲਾਈਟਾਂ ਸੀ ਉਹ ਥੱਲੇ ਡਿੱਗ ਪਈਆਂ ਨੇਰ ਕਰਕੇ ਅਤੇ ਉਹ ਵੀ ਖਰਾਬ ਹੋ ਗਈਆਂ ਜੀ। ਅਤੇ ਇੱਕ ਸਾਡੇ 10 ਗੱਦੇ ਅਸੀਂ ਸਵੇਰ ਦੇ ਕਾਊਂਟਿੰਗ ਕਰਨ ਲੱਗੇ ਹੋਏ ਹਾਂ। ਸਾਡਾ ਜਿਹੜਾ ਵੀ ਇੱਥੇ ਦਾ ਕਮੇਟੀ ਹੈ ਜਾਂ ਜਿਹੜੀ ਸਾਡੀ ਵਾਲੰਟੀਅਰ ਹੈ ਉਹ ਭਾਲ ਕਰ ਰਿਹਾ, 10 ਗੱਦੇ ਅਜੇ ਸਾਡੇ ਗਾਇਬ ਹੈਗੇ। ਘੱਟੋ ਘੱਟ ਇਹ ਮੰਨ ਕੇ ਚੱਲੀਏ ਵੀ 50,000 ਦਾ ਸਾਡਾ ਨੁਕਸਾਨ ਆਰਾਮ ਨਾਲ ਹੋ ਗਿਆ।